ਸੋ ਆ ਕਿਚਨ ਆ ਜੀ, ਪਿੱਛੇ ਇਹਦੇ ਮੋਲਡਿੰਗ ਵਗੈਰਾ ਲਾਉਣ ਵਾਲੀ ਆ, ਰੀਗਲ ਵਗੈਰਾ ਲਾਉਣ ਵਾਲੇ, ਕਿੱਕਾਂ ਲਾਉਣ ਵਾਲੀ ਆ ਨਾ, ਬਾਕੀ ਕੈਬਨਟਸ ਇੰਸਟਾਲ ਕਰਨ ਵਾਲੀਆਂ ਸੀਗੀਆਂ, ਉਹ ਦਿਨ ਹੋ ਗਿਆ ਸੀ ਇੰਸਟਾਲ। ਸੋ ਅੱਜ ਸਿਰਫ ਇੰਨਾ ਕੁ ਕੰਮ ਆ। ਅਤੇ ਆਈਲੈਂਡ ਆ, ਆਈਲੈਂਡ ਦਾ ਬੈਕ ਪੈਨਲ ਹੋ ਗਿਆ ਨਾ, ਦੇਖੋ ਪਿਛਲੇ ਪਾਸੇ ਓਪਨ ਆ, ਇਹ ਲੱਗਣਾ। ਅਤੇ ਇੱਕ ਬਾਕੀ ਇੱਥੇ ਕੈਨੇਪੀ ਲੱਗਣੀ ਆ। ਇੱਥੇ ਨਾ ਆਮ ਕਰਕੇ ਵੈਸੇ ਲੋਕ ਜਿਹੜੀ ਮੇਨ ਐਕਸੈਸਰੀ ਮਾਰਕੀਟ 'ਚ ਆਉਂਦੀ ਉਹ ਬਾਏ ਕਰ ਲੈਂਦੇ ਆ, ਬਟ ਇੱਥੇ ਅਸੀਂ ਵੁੱਡਨ ਦੀ ਕੈਨੇਪੀ ਬਣਾਈ ਆ, ਵੁੱਡ ਕੈਨੇਪੀ ਉਹ ਲੱਗੂਗੀ ਇੱਥੇ। ਅਤੇ ਬਸ ਕੰਮ ਸਟਾਰਟ ਕਰਦੇ ਹਾਂ ਜੀ। ਆ ਵੁੱਡ ਕੈਨੇਪੀ ਆ ਜੀ, ਵੁੱਡ ਦੀ ਉੱਥੇ ਬਣਾਈ ਆ, ਅਤੇ ਉਸ ਤੋਂ ਬਾਅਦ ਪੇਂਟ ਪੂੰਟ ਹੋ ਕੇ ਪੂਰੀ ਫਿਨਿਸ਼ ਹੋਈ ਆ। ਵਿੱਚੋਂ ਹੋਲੋ ਹੁੰਦੀ ਆ, ਅਤੇ ਇਹਦੇ ਵਿੱਚ ਆਹ ਅਸੈਸਰੀ ਹੈਗੀ ਆ, ਆਹ ਡੱਬੇ ਦੇ ਵਿੱਚ ਫੈਨ ਹੁੰਦਾ, ਉਹ ਇਹਦੇ ਵਿੱਚ ਇੰਸਟਾਲ ਹੋ ਜਾਣਾ। ਜਾਕਟ ਗਰਮੀ ਹੋਣ ਲੱਗ ਗਈ ਨਾ, ਹੀਟ ਛੱਡੀ ਜ਼ਿਆਦਾ ਛੱਡੀ। ਪਤਾ ਨਹੀਂ ਜਾਨੀ, ਮੈਂ ਦੀਵੇ ਬਾਲ ਦੀ ਮਰਗੀ, ਮੈਂ ਦੀਵੇ ਬਾਲ ਦੀ ਮਰਗੀ। ਓਏ ਕੀ ਤੋੜਤਾ, ਇੱਕ ਡਰਿੱਲ ਦੀ ਮੈਨੂੰ। ਪੈਨਲ ਫਿੱਟ ਹੋ ਗਿਆ ਜੀ, ਇੱਕ ਪੈਨਲ ਲਾਤਾ, ਇਹਦੇ ਨਾਲ ਲੱਗੂਗਾ ਡੱਬਾ ਫਰਿੱਜ ਵਾਲਾ, ਉਹ ਤੋਂ ਬਾਅਦ ਇੱਕ ਪੈਨਲ ਹੋਰ ਲੱਗਣਾ, ਫਿਰ ਇੱਧਰਲੀ ਸਾਈਡ ਫਿਨਿਸ਼ ਆ, ਫਿਰ ਸਾਡੀ ਸਿਰਫ ਮੋਲਡਿੰਗ, ਰੀਗਲ, ਲਾਈਟ ਬੈਲੈਂਸ ਅਤੇ ਕਿੱਕ, ਆਹ ਚੀਜ਼ ਰਹਿਣੀ, ਫਿਰ ਉਹ ਕਰਦੇ ਹਾਂ। ਮੈਂ ਪਾਣੀ ਪੀ ਲਿਆ ਮਿੱਤਰਾ, ਅੰਮੀ ਬਾਈ ਹੜੀ ਅੰਮੀ ਬਾਈ ਹੋਣਾ ਦਾ ਕਰੀਅਰ ਤਬਾਹ ਹੋ ਗਿਆ। ਹਾਂਜੀ, ਹੁਣ ਲਾਉਣ ਲੱਗਿਆ ਜੀ ਕੈਨੇਪੀ, ਉਹ ਦੇਖੋ ਸੈਂਟਰ ਦੇ ਵਿੱਚ ਲੱਗਣੀ ਆ, ਚਿਮਨੀਆਂ ਚੁਮਨੀਆਂ ਜਿੱਦਾਂ ਆ ਜਾਂਦੀਆਂ ਉਹ ਚੀਜ਼ ਆ, ਬਟ ਇਹ ਹੈਗੀ ਹਾਰਡਵੇਅਰ ਵਿੱਚ ਐਕਸੈਸਰੀ ਪਊਗੀ, ਅਤੇ ਬਾਹਰ ਜਿਹੜਾ ਉਹਦਾ ਸ਼ੈੱਲ ਬਣਿਆ ਹੋਇਆ ਉਹ ਵੁੱਡ ਦਾ ਬਣਿਆ ਹੋਇਆ, ਸੋ ਉਹ ਇੰਸਟਾਲ ਕਰਦੇ ਹਾਂ ਹੁਣ। ਜੋਸ਼ੀ ਆ ਦੇਖੋ ਵਾਈਫਾਈ ਵਾਲਾ ਚੁੱਲ੍ਹਾ, ਹੈਂ ਵਾਈਫਾਈ ਵਾਲਾ ਚੁੱਲ੍ਹਾ, ਇੱਥੇ ਵਾਈਫਾਈ ਤੇ ਕੀ ਹੋਇਆ ਗੁਰੂ, ਉਹ ਜੋਸ਼ੀ ਉਹ ਬਲੂਟੁੱਥ ਵੀ ਆ ਤੇ ਹੋਰ ਆ ਦੇ, ਠੀਕ ਹੈ ਫਿਰ ਲਾਓ ਮਿਊਜ਼ਿਕ, ਮਿਊਜ਼ਿਕ ਤੇ ਫਲੇਮ ਡਾਂਸ ਕਰੂੰਗਾ। ਵਾਈਫਾਈ ਵਾਲਾ ਚੁੱਲ੍ਹਾ, ਅਤੇ ਮੈਂ ਹੁਣ ਤੱਕ ਤੀਜਾ ਚੁੱਲ੍ਹਾ ਦੇਖ ਲਿਆ, ਅਤੇ ਇਹਦੇ ਦੇਖ ਲਓ ਕੀ ਫੰਕਸ਼ਨ ਹਨ, ਕੋਈ ਸਮਾਰਟ ਕਨੈਕਟ ਟੈਕਨੋਲੋਜੀ ਆ ਜਿਹਦੇ ਨਾਲ ਇਹ ਵਾਈਫਾਈ ਨਾਲ ਕਨੈਕਟ ਹੋ ਕੇ ਆਪਦੇ ਮੋਬਾਈਲ ਫੋਨ ਤੋਂ ਜਾਂ ਕੋਈ ਸਮਾਰਟ ਡਿਵਾਈਸ ਤੋਂ ਕੰਟਰੋਲ ਹੋ ਸਕਦਾ, ਨਾਲ ਬਲੂਟੁੱਥ ਵੀ ਆ।
ਬ੍ਰੇਕ ਟਾਈਮ ਹੋ ਗਿਆ ਜੀ ਹੁਣ ਅਤੇ ਲੰਚ ਕਰਦੇ ਹਾਂ। ਆ ਕੈਨੇਪੀ ਬਹੁਤ ਔਖੀ ਲੱਗੀ, ਲੈਵਲ ਨਹੀਂ ਇਹਦਾ ਸੈੱਟ ਆਉਂਦਾ ਪਿਆ ਸੀ। ਬਾਕੀ ਥੱਲੇ ਹੈ ਨਾ ਥਾਂ ਬਹੁਤ ਘੱਟ ਆ, ਥੱਲੇ ਪਾਸੇ ਦੀ ਵਿੱਚ ਵੜ ਕੇ ਸਕਰੂ ਲਾਉਣੇ ਬਹੁਤ ਔਖਾ ਕੰਮ ਆ, ਪਰ ਲੱਗ ਗਈ ਵਧੀਆ ਲੱਗਦੀ ਪਈ ਨਾ। ਆ ਹੁਣ ਇਹਦੇ ਉੱਪਰ ਦੀ ਮੋਲਡਿੰਗ ਲੱਗ ਜਾਣੀ ਆ ਇੱਧਰ ਇੱਧਰ ਅਤੇ ਇੱਧਰਲੇ ਪਾਸੇ ਆ ਕੈਬਨਟਸ 'ਤੇ, ਅਤੇ ਫਿਰ ਥੋੜ੍ਹਾ ਹੋਰ ਸੋਹਣਾ ਲੱਗੂਗਾ ਇਹ। ਆਹ ਦੇਖ ਲਓ ਇੰਨਾ ਕੰਮ ਹੋ ਗਿਆ ਜੀ। ਬ੍ਰੇਕ ਤੱਕ ਕੈਨੇਪੀ ਲਾਉਣ ਵਾਲੇ ਜੋ ਬੋਕਸ ਨਾਲ ਪੈਨਲ ਬਹੁਤ ਜ਼ਰੂਰੀ ਸੀਗੇ, ਹੁਣ ਸਾਡੀ ਮੋਲਡਿੰਗ ਅਤੇ ਥੱਲੇ ਬੈਲੈਂਸ ਜਿਹੜਾ ਰਹਿ ਗਿਆ ਕੈਬਨਟਸ ਦੇ ਥੱਲੇ ਹੁੰਦਾ ਇੱਥੇ। ਰੋਟੀ ਪਾਣੀ ਖਾਂਦੇ ਹਾਂ, ਫਿਰ ਜੋਸ਼ੀ ਮਾਈਕ੍ਰੋਵੇਵ ਲੈ ਆਇਆ ਅਸੀਂ, ਮਾਈਕ੍ਰੋਵੇਵ ਪੱਕੇ ਟਰੱਕ 'ਚ ਰੱਖਿਆ ਹੋਇਆ ਨਾਲ, ਜਦੋਂ ਰੋਟੀ ਜਿਵੇਂ ਲੋਡ ਪੈਂਦੀ ਹੈ ਨਾ ਕਿਸੇ ਦੇ ਘਰ ਜਾਣਾ, ਬਸ ਰਾਈਟ ਵੇ ਕੱਢਿਆ ਆਪਦਾ ਮਾਈਕ੍ਰੋਵੇਵ, ਰੋਟੀ ਗਰਮ ਕਰ ਲਈ। ਕਿ ਨਹੀਂ ਜੋਸ਼ੀ ਕੀ ਲੈ ਕੇ ਆਇਆ ਅੱਜ? ਫਿਰ ਲੈ ਕੇ ਮੇਰੇ ਕੋਲ ਅੱਜ ਦਾਲ 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 ਦੇਸੀ ਮਾਣਾ ਦੀ। ਮੈਂ ਅੱਜ ਲੈ ਕੇ ਆਈ ਆਲੂ ਵਾਲੇ ਪਰੌਂਠੇ, ਬਸ ਖਾਂਦੇ ਫਿਰ ਰੋਟੀ ਖਾ ਕੇ ਕੰਮ ਨਿਬੇੜੀ ਹੈ ਫਟਾਫਟ। ਦਾਲ ਕਿੱਥੋਂ ਲਿਆਂਦੀ? ਲਿਆਂਦੀ ਨਹੀਂ, ਬਣਾਈ ਆ ਆਪ ਹੀ। ਕਹਿੰਦਾ ਲੰਗਰ ਵਾਲੀ, ਲੰਗਰ ਵਾਲੀ ਕੀ ਦਾਲ ਆ ਬਣਾਈ? ਉਦਾਂ ਦੀ ਆ ਕਹਿੰਦਾ ਮਾਈ ਸਿਰਾ ਕਰਾ ਗਈ। ਅਸੀਂ ਜਿਹੜੇ ਘਰ ਆਏ ਹੋਏ ਨਾ, ਅਤੇ ਹੁਣ ਜਦੋਂ ਮਾਈਕ੍ਰੋਵੇਵ 'ਚ ਫੂਡ ਗਰਮ ਕੀਤਾ ਨਾ, ਫਿਰ ਉਹਦੀ ਸਮੈਲ ਜਿਵੇਂ ਆਉਂਦੀ ਆ, ਉਹ ਉੱਪਰ ਸੀਗੇ ਜਦੋਂ ਥੱਲੇ ਆਏ, ਕਹਿੰਦੇ ਯਾਰ ਸਮੈਲ ਬੜੀ ਸੋਹਣੀ ਆ ਵੀ ਤੁਹਾਡੇ ਫੂਡ ਦੀ। ਸਮੈਲ ਆਉਣੀ ਆ, ਧਨੀਏ ਦੀ ਕੁੱਟੀ ਪਾਈ ਆ, ਉਹ ਛੱਡਦਾ ਮੇਕ ਤਾਰੀਫ ਕਰ ਗਈ, ਕਹਿੰਦੀ ਹਾਂ ਵੀ ਕੌਣ ਬਣਾਉਂਦਾ, ਤੁਹਾਡੀ ਮਦਰ ਨੇ ਬਣਾਈ ਆ। ਬੀਬੀ ਨੂੰ ਹੁਣ ਕੀ ਦੱਸੀ, ਮਾਵਾ ਇੱਥੇ ਕਿੱਥੇ ਜਵਾਕ ਰੋਂਦੇ ਪਏ ਹਨ ਮਾਲਕਾਂ ਦੇ ਉੱਪਰ, ਬਹੁਤ ਤੰਗ ਕੀਤਾ ਹੋਇਆ ਉਹਨਾਂ ਨੇ। ਰੈਪ ਪੇਪਰ ਨੀ ਹੁੰਦਾ ਹੁਣ ਪਾ ਕੇ ਗਲ ਚ ਇੱਕ ਜਵਾਕ ਇਹਨਾਂ ਗੇੜਾ ਦੇ ਜਾਵੇ ਕਿ ਚੰਦਿਆੜੇ ਵਾਲੇ ਪਤੰਦਰ ਨੇ ਲਪੇਟ ਲਿਆ ਜਿਵੇਂ ਸਪਰੇ ਕਰਨ ਲੱਗਿਆ ਹੁੰਦਾ। ਨਾਲ ਹੀ ਵੰਡਰਲੈਂਡ ਆ, ਇਹਦੋਂ ਬਾਅਦ ਵੰਡਰਲੈਂਡ ਚੱਲ ਪਈ ਹੈ, ਪਰ ਬੰਦ ਆ ਸੱਚ, ਸੀਜ਼ਨ ਆਫ ਹੋ ਜਾਂਦਾ ਨਾ, ਵਿੰਟਰਸ ਦੇ ਵਿੱਚ ਕਲੋਜ਼ ਕਰ ਦਿੰਦੇ ਆ। ਲੋ ਜੀ ਬ੍ਰੇਕ ਹੋ ਗਈ ਆ, ਤੀਜੀ ਐਂਡ ਫਾਈਨਲ ਬ੍ਰੇਕ, ਅਤੇ ਸਾਡਾ ਕੰਮ ਰਹਿ ਗਿਆ ਸਿਰਫ ਅਤੇ ਸਿਰਫ ਮੋਲਡਿੰਗ ਦਾ। ਕਿੱਕ ਲੱਗ ਗਈ, ਬੈਲੈਂਸ ਲੱਗ ਗਿਆ, ਰੀਗਲ ਲੱਗ ਗਿਆ ਜਿਹ ਨਾਲ ਉੱਪਰ ਲਾਈ ਸਾ ਬੰਦ ਕਰੀਦਾ। ਦੋ ਭੀੜਿਆਂ ਘਰਾਂ ਦੇ ਕਜੀ ਅਤੇ ਬੱਕਰੀ ਬਾਹਰ ਭੱਜ ਗਈ, ਇਹਦਾ ਕੀ ਮਤਲਬ ਹੋਇਆ? ਬੱਕਰੀ ਬੰਨਣ ਅੰਦਰ ਥਾਂ ਹੈ ਨਹੀਂ ਸੀ। ਅੱਛਾ ਅੱਛਾ, ਮੀਂਹ ਆਇਆ ਘਰ ਭੀੜਾ ਸੀ। ਅੱਛਾ, ਬੱਕਰੀ ਭੱਜ ਗਈ ਬਾਹਰ, ਕਹਿੰਦੇ ਨੇ ਬੱਕਰੀ ਭੇਜੀ ਤੇ ਅਮਲੀ ਭੇਜੇ ਇੱਕੋ ਬਰਾਬਰ। ਉਹ ਕਿਉਂ? ਠੰਡ ਬਹੁਤ ਮੰਨਦੇ ਬੱਕਰੀ ਵੀ ਅਮਲੀ। ਅਮਲੀ ਬੰਦਾ ਕਣੀਆਂ 'ਚ ਬਾਹਰ ਨਹੀਂ ਜਾਂਦਾ ਛੇਤੀ, ਉਹਦੀ ਕੰਬਣ ਲੱਗ ਜਾਂਦਾ। ਅੱਜ ਲੱਗਦਾ ਵੀ ਟਾਈਮ ਸਿਰ ਘਰੇ ਚੱਲ ਜਾਵਾਂਗੇ, ਜਾਵਾਂਗੇ ਜੋਸ਼ੀ ਹੈ ਬੋਲਾ, ਜਾਵਾਂਗੇ। ਵਾਟ ਵੀ 40 ਮਿੰਟਾਂ ਦੀ ਆ। ਤੁਹਾਨੂੰ ਦਿਖਾਉਂਦੇ ਮੇਰੇ ਸਾਹਮਣੇ ਕਿਚਨ ਦਾ ਪੂਰਾ ਵਿਊ ਆਉਂਦਾ ਪਿਆ, ਦਿਖਾਉਣਾ। ਅਮੂਰੀ ਆਈਲੈਂਡ ਆ, ਆਈਲੈਂਡ ਦਾ ਪੈਨਲ ਵੀ ਅੱਜ ਲਾਇਆ, ਤੇ ਉਹ ਸਾਹਮਣੇ ਕਿਚਨ ਆ। ਓਕੇ ਗੂਗਲ, ਹਾਊ ਆਰ ਯੂ? ਲਾਈਫ ਇਜ਼ ਗੁੱਡ, ਹਾਊ ਕੈਨ ਆਈ ਹੈਲਪ? ਲਾਈਫ ਇਜ਼ ਗੁੱਡ। You know what? I think you take the ladder to the plastic around.
the plastic bag. Uh-huh. Otherwise, you'll... this cut produces some smoke. Yeah, yeah, but you have more work to do, what I'm saying. The shopping bag, uh-huh. nose bag, just uh-huh. put it around. Fire alarm will watch when the usual alarm bajata si. ਸਮੋਕ ਜੀ ਉੱਡਣ ਕਰਕੇ ਨਾ ਚਲੋ ਕਟਿੰਗ ਕਰਦੇ ਆ ਅਲਾਰਮ ਆ ਉੱਪਰ ਲੱਗਾ ਹੋਇਆ ਸੀ ਹੁਣ ਥੋੜਾ ਪੇਪਰ ਇਹਦੇ ਨਾਲ ਬਾਈਂਡ ਕਰਤਾ ਸਮੋਕ ਡਿਟੈਕਟਰ ਲੱਗਾ ਹੋਇਆ ਫਿਰ ਅਲਾਰਮ ਵੱਜ ਪੈਂਦਾ ਹੁੰਦਾ ਦੇਖ ਲਓ ਜੀ ਲੱਗ ਗਈ ਆ ਕਿਚਨ ਸੀਲਿੰਗ ਨਾਲ ਕਰਾਊਨ ਮੋਲਡਿੰਗ ਟੱਚ ਹੋ ਗਈ ਆ ਕੈਨੋਪੀ ਕੈਬਨਿਟ ਸਾਈਡਸ 'ਤੇ ਐਂਡ ਦੈਨ ਅਪਲਾਇੰਸਿਸ ਵਾਲਾ ਸੈਕਸ਼ਨ ਆਹ ਦੇਖ ਲਓ ਜੀ ਸਪੈਸ਼ਲ ਟਾਈਪ ਦਾ ਸਿੰਕ ਆ ਕੌਂਟਰ ਟੋਪ ਤੋਂ ਅਰਾਊਂਡ ਡੇਢ ਇੰਚ ਬਾਹਰ ਆਉਂਦਾ ਪਿਆ ਇਹ ਬਹੁਤ ਇਨੋਵੇਟਿਵ ਸਿੰਕ ਆ ਜੀ ਤੁਸੀਂ ਦੇਖ ਲਓ ਆ ਇੱਥੇ ਤੁਸੀਂ ਇੱਧਰ ਨੂੰ ਕਰੀ ਆਹ ਕੌਂਟਰ ਟੋਪ ਤੋਂ ਅਰਾਊਂਡ ਡੇਢ ਇੰਚ ਬਾਹਰ ਆਇਆ ਹੈ ਆਮ ਸਿੰਕ ਹੁੰਦਾ ਉਹ ਡੇਢ ਇੰਚ ਅੰਦਰ ਹੁੰਦਾ ਮਤਲਬ ਕਿ ਇੱਥੇ ਫੱਟੀ ਜਿਹੜੀ ਬਣੀ ਹੁੰਦੀ ਕੌਂਟਰ ਟੋਪ 'ਤੇ ਤਾਂ ਫੱਟੀ ਆ ਜਾਂਦੀ ਨਾ ਅਤੇ ਉੱਥੇ ਪਾਣੀ ਡਿੱਗਦਾ ਰਹਿੰਦਾ ਜਾਂ ਪਾਣੀ ਅੰਦਰ ਜਾਂਦਾ ਰਹਿੰਦਾ ਉੱਦਾਂ ਵੀ ਉਸ ਚੀਜ਼ ਕਰਕੇ ਸਾਨੂੰ ਐਂ ਝੁੱਕਣਾ ਪੈਂਦਾ ਸੋ ਇਹਨਾਂ ਨੇ ਡਿਜ਼ਾਇਨ ਕੀਤਾ ਵੀ ਜਿਹੜੀ ਡੇਢ ਇੰਚ ਉਹ ਜਗ੍ਹਾ ਵਿੱਚ ਜਿਹੜੀ ਫੱਟੀ ਪਈ ਹੁੰਦੀ ਡੇਢ ਦੋ ਇੰਚ ਦੀ ਜਿਹੜੀ ਮਾਰਬਲ ਦੀ ਅਤੇ ਡੇਢ ਇੰਚ ਹੋਰ ਬਾਹਰ ਕੱਢਤਾ ਤਾਂ ਕਿ ਬੰਦਾ ਨਾਲ ਲੱਗ ਕੇ ਰਾਈਟ ਵੇ ਭਾਂਡੇ ਭੁੰਡੇ ਧੋ ਕੇ ਈਜ਼ ਹੋ ਜਾਂਦੀ ਥੋੜ੍ਹੀ ਮਤਲਬ ਸੌਖਾ ਹੋ ਜਾਂਦਾ ਕੰਮ ਸੋ ਬਹੁਤ ਵਧੀਆ ਜੀ ਇਨੋਵੇਟਿਵ ਚੀਜ਼ ਆ ਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸ਼ਾਮ ਵਾਲੀ ਲੇਟ ਹੀ ਗਲੀ ਦਿਨ ਅੱਜ ਦਾ ਵਧੀਆ ਰਿਹਾ ਪੂਰਾ ਕਿਉਂ ਅਮਨ ਬਹੁਤ ਵਧੀਆ ਰਿਹਾ ਜੀ ਕਸਟਮਰ ਪੂਰਾ ਹੈਪੀ ਸੀ ਕਸਟਮਰ ਪੂਰਾ ਖੁਸ਼ ਸੀ ਮੈਂ ਤਸੱਲੀ ਕਰਾ ਕੇ ਆਈ ਦੀ ਜਿੱਥੇ ਜਿੱਥੇ ਚਲੋ ਮੌਕਾ ਮਿਲਦਾ ਮੈਂ ਇਹਨਾਂ ਦੇ ਪੁੱਛ ਹੀ ਲਿਆ ਮੈਂ ਕਿ ਬੱਚੇ ਦਾ ਨਾ ਜਾਨੀ ਰੱਖਿਆ ਉਹ ਮੈਂ ਨਾ ਜਾਨੀ ਜਾਨੀ ਕਰਦੇ ਸੀ ਹਾਂ ਉਹ ਕਹਿੰਦਾ ਨਹੀਂ ਨਾ ਕਹਿੰਦੇ ਸੈਫ ਦੱਸਦੇ ਸੀ ਨਾ ਸੈਫ ਆ ਨਾਮ ਹੁਣ ਜਾਂਦੀ ਜਾਂਦੀ ਕਹਿੰਦੇ ਪਿਆਰ ਨਾਲ ਜਾਂਦੀ ਵਧੀਆ ਸੀ ਧੁੱਖ ਬਾਹਲੀ ਲੱਗ ਗਈ ਹੁਣ ਤਾਂ ਹੁਣ ਤਾਂ ਪਾਣੀ ਪੀ ਕੇ ਟਾਈਮ ਪਾਸ ਕਰੋ ਇੱਕ ਏਰੀਆ ਦੂਰ ਵਾਲਾ ਸੀ ਥੋੜਾ ਜਿਵੇਂ ਕੈਨੇਡਾ ਦੇ ਬਾਰਡਰ ਲੈਂਡ ਵੱਲ ਆਏ ਹੋਏ ਆ ਉਹਦੇ ਲੱਗੇ ਹੀ ਆ 40 ਮਿੰਟਸ ਬੌਨ ਕਹਿ ਦਿੰਦੇ ਆ ਬੌਨ ਜਾਣੇ ਪਏ ਸੀ ਹੁਣ ਡਨ ਹੋਈ ਸੀਗੀ ਮੈਂ ਵੀਡੀਓ ਦਾ ਐਂਡ ਹੁਣ ਘਰੇ ਜਾ ਕੇ ਨਹੀਂ ਕਰਨਾ ਚਾਹੁੰਦਾ ਨਾ ਕਿਉਂਕਿ ਪਤਾ ਹੁਣ ਉਹੀ ਰੁਟੀਨ ਆ ਘਰੇ ਆਵਾਂਗੇ ਇੱਥੋਂ ਦੀ ਸ਼ੌਪ ਤੇ ਟੂਰ ਲਾ ਕੇ ਦੈਨ ਬੱਸ ਲੈਣੀ ਪੈਣੀ ਆ ਤੇ ਜੋਸ਼ੀ ਨੂੰ ਥੋੜਾ ਲਾਗੇ ਛੱਡ ਜੂਗਾ ਜੋਸ਼ੀ ਗੱਡੀ ਦੇ ਆਇਆ ਅੱਜ ਮੈਂ ਤੈਨੂੰ ਛੱਡ ਜਾਣਾ ਉੱਥੇ ਹਾਂ ਟਰਮੀਨਲ ਤੇ ਟਰਮੀਨਲ ਤੱਕ ਆਪਾਂ ਇਕੱਠੇ ਚੱਲਦੇ ਆ ਮੈਂ ਉੱਧਰ ਹੀ ਜਾਣਾ ਅੱਜ ਸੋ ਆ ਸੀਗਾ ਜੀ ਸਾਰਾ ਗੱਲਬਾਤ ਹਨਾ ਫਿਨਿਸ਼ਿੰਗ ਵਾਲਾ ਕੰਮ ਸੀਗਾ ਅੱਜ ਦੀ ਜੌਬ ਤੇ ਵੀ ਕੈਬਨਟਸ ਜੀ ਇੱਕ ਦਿਨ ਪਹਿਲਾਂ ਇੰਸਟਾਲ ਕਰਕੇ ਸੀਗੇ ਤੇ ਕਿਵੇਂ ਲੱਗੀ ਜੀ ਵੀਡੀਓ ਵਧੀਆ ਲੱਗੀ ਠੀਕ ਠਾਕ ਲੱਗੀ ਜਿਵੇਂ ਦੀ ਵੀ ਲੱਗੀ ਲਾਈਕ ਕਰ ਦਿਓ ਕਮੈਂਟ ਕਰ ਦਿਓ ਨਾ ਆਉਣ ਵਾਲੇ ਟਾਈਮ 'ਚ ਮੈਂ ਇਹੀ ਟਰਾਈ ਕਰੂੰਗਾ ਜੀ ਵਧੀਆ ਤੋਂ ਵਧੀਆ ਕਿਉਂਕਿ ਜੇ ਹੁਣ ਹਰੇਕ ਵੀਡੀਓ ਰਿਕਾਰਡ ਕਰਨ ਲੱਗ ਜਾਣਾ ਤਾਂ ਵੀਡੀਓ ਦਾ ਢੇਰ ਲੱਗ ਜਾਣਾ ਜਦੋਂ ਅਸੀਂ ਇੰਸਟਾਲੇਸ਼ਨ 'ਤੇ ਜਾਣਾ ਹਰ ਵੀਡੀਓ ਕਰ ਸਕਦੇ ਸੋ ਮੈਂ ਚੁਣਵੀਆਂ ਜੀ ਜਦੋਂ ਮੇਰਾ ਮੂਡ ਜਿਹਾ ਹੁੰਦਾ ਪ੍ਰੋਪਰ ਵੀ ਅੱਜ ਵੀਡੀਓ ਬਣਾ ਲੈਂਦੇ ਹਾਂ ਜੌਬ ਵਧੀਆ ਹੋਵੇ ਹਾਂ ਜੌਬ ਵਧੀਆ ਹੋਵੇ ਸੋ ਅੱਜ ਵਾਲੀ ਜੌਬ 'ਚ ਕੈਨੋਪੀ ਸੀ ਇੱਕ ਬਹੁਤ ਵਧੀਆ ਚੀਜ਼ ਸੀਗੀ ਕੈਨੋਪੀ ਵਾਲਾ ਰਲੇ ਮਿਲਾ ਕੇ ਹੀ ਦਿਨ ਵਧੀਆ ਸੀ ਪਲੀਜ਼ ਸਬਸਕ੍ਰਾਈਬ ਚੈਨਲ ਫੈਂਟਮ ਸਿੰਘ ਫੈਂਟਮ ਸਿੰਘ ਕੈਨੇਡਾ ਦੁਬਾਰਾ ਕਹਿੰਦੇ ਪਲੀਜ਼ ਸਬਸਕ੍ਰਾਈਬ ਚੈਨਲ ਫੈਂਟਮ ਸਿੰਘ ਕੈਨੇਡਾ ਹਾਂ ਐਂਡ ਪ੍ਰੈਸ ਬੈਲ ਆਈਕਨ ਸੋ ਠੀਕ ਹੈ ਜੀ ਥੈਂਕ ਯੂ ਤੁਹਾਡਾ ਬਹੁਤ ਬਹੁਤ ਹਨਾ ਸਪੋਰਟ
ਕਰਦੇ ਹੋ ਯਾਰ ਤੁਸੀਂ ਇੰਨਾ ਬਸ ਇੱਦਾਂ ਪਿਆਰ ਦਿੰਦੇ ਰਹੇ ਹੋ ਵੀਡੀਓ ਆਪਾਂ ਹੋਰ ਬਣਾਉਂਦੇ ਰਹਾਂਗੇ ਹੋਰ ਬਣਾਉਂਦੇ ਰਹਾਂਗੇ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਚੱਕਰ ਨਹੀਂ ਬਾਕੀ ਇਹੀ ਸਾਡੀ ਕੋਸ਼ਿਸ਼ ਆ ਵੀ ਵੱਧ ਤੋਂ ਵੱਧ ਇਨਫੋਰਮੇਸ਼ਨ ਦੇ ਸਕੀਏ ਹਾਂਜੀ ਹੈ ਨਾ